ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਲਗਭਗ ਸਾਰੇ ਕਿਸਾਨ ਵੀਰ ਆਪਣੀਆਂ ਵੀਡੀਓਂ ਲੱਗੇ ਹੋਏ ਆ ਤੇ ਕੰਗਣੇ ਬੀਜ ਲਿਆਂ ਤੇ ਕਈ ਹਜੇ ਬੀਜੰਦਿਆਂ ਤਿਆਰੀਆਂ ਕਰੀ ਜਾਂਦੇ ਆ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਪਨੀਰੀ ਵਿੱਚ ਨਦੀਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਕਿਹੜੇ ਕਿਹੜੇ ਕੈਮੀਕਲ ਆ ਤੇ ਕਿਹੜੇ ਕਿਹੜੇ ਦਿਨਾਂ ਚ ਵਰਤਨੇ ਤੇ ਕਿੰਨੀ ਮਾਤਰਾ ਵਿੱਚ ਵਰਤਨੇ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਭਰਾਵਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਅਸ ਤੋਂ ਪਹਿਲਾਂ ਜਿਹੜੇ ਵੀਰਪਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ ਤਾਂ ਜੋ ਖੇਤੀਬਾੜੀ ਦੇ ਸੰਬੰਧ ਸਬੰਧ ਸਾਰ ਜਾਣਕਾਰੀ ਤੁਹਾਨੂੰ ਮਿਲਦੀ ਰਵੇ। ਹਾਂਜੀ ਦੋਸਤੋ ਜੇ ਤੁਸੀਂ ਅਜੇ ਪਨੀਰੀ ਬੀਜਣੀ ਆ ਤਾਂ ਜੇ ਤੁਸੀਂ ਖਾਦਾ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਹੋ ਜਾਂ ਬੀਜ ਨੂੰ ਸੋਧ ਬਾਰੇ ਜਾਂ ਬੀਜ ਦੀ ਮਾਤਰਾ ਕਿੰਨੀ ਲੈਣੀ ਆ ਉਸ ਦੇ ਸੰਬੰਧ ਵਿੱਚ ਇੱਕ ਵੀਡੀਓ YouTube ਚੈਨਲ ਦੇ ਆਈ ਵੀ ਆ। ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਵੀ ਪਾ ਦੂੰਗਾ ਤੇ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ। ਐਸ ਵੀਡੀਓ ਵਿੱਚ ਸਿਰਫ ਆਪਾਂ ਨਦੀਨਾਂ ਬਾਰੇ ਹੀ ਗੱਲ ਕਰਾਂਗੇ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਭਰਾਵਾਂ ਦੇ ਖੇਤ ਵਿੱਚ ਮੁਰਕ ਮੋਥੇ ਹੁੰਦੇ ਆ ਉਹ ਯੂਪੀਐਲ ਦੀ ਸਾਥੀ ਦਵਾਈ ਵਰਤ ਸਕਦੇ ਆ 20 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੇ ਐਸ 20 ਗ੍ਰਾਮ ਨੂੰ ਤੁਸੀਂ ਅੱਧਾ ਲੀਟਰ ਪਾਣੀ ਦੇ ਵਿੱਚ ਘੋਲ ਕੇ ਬਾਹਰ ਖੜੇ ਇੰਜਨ ਵਾਲੇ ਪੰਪ ਨਾਲ ਸਪਰੇਅ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤਿੰਨ ਦਿਨਾਂ ਬਾਅਦ ਵਿੱਚ ਆਪਾਂ ਕਿਹੜੀ ਦਵਾਈ ਵਰਤ ਸਕਦੇ ਹਾਂ ਜਦੋਂ ਤੁਹਾਡੇ ਪਨੀਰੀ ਬੀਜ ਨੂੰ ਤਿੰਨ ਦਿਨ ਹੋ ਚੁੱਕੇ ਹਨ ਉਸ ਤੋਂ ਬਾਅਦ ਤੁਸੀਂ ਵਰਤ ਸਕਦੇ ਹੋ ਜੀ ਸੌਫਟ 37.5% ਈਸੀ ਫਾਰਮੂਲੇਸ਼ਨ ਚ ਜੀਤੇ ਵਿੱਚ ਪਰਟੀਲਾ ਕਲੋਰ ਤੇ ਸੇਫਨਰ ਦਵਾਈ ਮਿਲੀ ਹੁੰਦੀ ਆ ਇਸ ਦੀ ਮਾਤਰਾ ਲੈਣੀ ਆ 62.5 ਐਮਐਲ ਪ੍ਰਤੀ ਕਨਾਲ ਦੇ ਹਿਸਾਬ ਨਾਲ ਇਸ ਨੂੰ ਤੁਸੀਂ ਖੇਤ ਵਿੱਚ ਤਿੰਨ ਦਿਨ ਜਦੋਂ ਪਨੀਰੀ ਬੀਜ ਨੂੰ ਹੋ ਗਿਆ ਉਸ ਵੇਲੇ ਪਾਣੀ ਭਰ ਕੇ ਰੇਤ ਵਿੱਚ ערਲਾ ਕੇ ਛਿੱਟਾ ਵੀ ਦੇ ਸਕਦੇ ਹੋ ਜਾਂ ਇੱਕ ਹੋਰ ਤਰੀਕਾ ਹੈਗਾ ਕਿਸੇ ਵਾਟਰ ਕੂਲਰ ਵਿੱਚ ਇਸ 62 ਗ੍ਰਾਮ ਨੂੰ ਘੋਲ ਲਓ ਜਿਵੇਂ ਤੁਸੀਂ ਪਾਣੀ ਛੱਡੋਗੇ ਆਪਦੀ ਪਨੀਰੀ ਵਿੱਚ ਉਸ ਨੂੰ ਉਹਦੇ ਨੱਕੇ ਤੇ ਛੱਡ ਕੇ ਉਸ ਦੀ ਟੂਟੀ ਖੋਲ ਦੋਗੇ ਤਾਂ ਹੌਲੀ ਹੌਲੀ ਪਾਣੀ ਦੇ ਰਾਹੀਂ ਵੀ ਇਹ ਤੁਹਾਡੇ ਖੇਤ ਵਿੱਚ ਚਲੀ ਜਾਊਗੀ ਇਸ ਤੋਂ ਬਾਅਦ ਜਦੋਂ ਤੁਹਾਡੀ ਪਨੀਰੀ ਬੀਜ ਨੂੰ 7 ਦਿਨ ਹੋ ਚੁੱਕੇ ਹੋਣ ਤਾਂ ਤੁਸੀਂ ਬੂਟਾ ਕਲੋਰ 50 اي سي ਵਰਸ ਸਕਦੇ ਹੋ ਪ੍ਰਤੀ ਕਨਾਲ ਦੇ ਹਿਸਾਬ ਨਾਲ 150 ਐਮਲ ਐਸ ਨੂੰ ਵੀ ਰੇਤ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਹੋ ਜਾਂ ਤੁਸੀਂ ਵਾਟਰ ਕੂਲਰ ਵਿੱਚ ਘੋਲ ਕੇ ਪਾਣੀ ਦੇ ਨਾਲ ਦੇ ਸਕਦੇ ਹੋ ਪਰ ਪਾਣੀ ਥੋੜਾ ਜਿਹਾ ਹਲਕਾ ਦਿੱਤਾ ਜਾਵੇ ਜਿਹੜੇ ਵਿੱਚ ਪਨੀਰੀ ਦੇ ਬੂਟੇ ਦੱਬੇ ਜਾਣਗੇ ਉਹ ਸੜ ਵੀ ਸਕਦੇ ਦੇ ਨਾਲ ਥੋੜਾ ਜਿਹਾ ਅੰਗੈਲੀ ਨਾ ਕੀਤੀ ਜਾਵੇ ਧਿਆਨ ਨਾਲ ਦਵਾਈ ਪਾਈ ਜਾਵੇ ਤੇ ਖੀਰ ਤੇ ਗੱਲ ਕਰਦੇ ਹਾਂ ਇੱਕ ਗ੍ਰੇਨਾਈਟ ਆਉਂਦੀ ਆ ਡੂ ਐਗਰੋ ਸਾਇੰਸ ਕੰਪਨੀ ਦੀ ਇਸ ਦੀ ਮਾਤਰਾ ਲੈ ਸਕਦੇ ਹਾਂ 5 ਐਮਐਲ 15 ਮਰਲਾਂ ਵਿੱਚ ਇਹ ਆਪਾਂ ਪਨੀਰੀ ਬੀਜਨ ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਸਪਰੇਅ ਕਰ ਸਕਦੇ ਹਾਂ ਜਾਨੀ ਕਿ ਅੱਠਵੇਂ ਨੌਵੇਂ ਦਿਨ ਆਪਾਂ ਸਾਈਡਾਂ ਤੋਂ ਸਪਰੇਅ ਕਰ ਸਕਦੇ ਆ ਸੋਨ ਚ ਆਇਆ ਇਹਦੇ ਵੀ ਕਾਫੀ ਵਧੀਆ ਰਿਜ਼ਲਟ ਆ ਜਿਹੜੀ ਕੰਪਨੀ ਦੀ ਡੈਲੀਗੇਟ ਹੁੰਦੀ ਆ ਉਸ ਕੰਪਨੀ ਦੀ ਕੋਈ ਇਹ ਆ ਰਹੀ ਆ ਪਰ ਇਹ ਮੈਂ ਪਰਸਨਲ ਨਹੀਂ ਵਰਤੀ ਗਈ ਜੇ ਤੁਸੀਂ ਵਰਤ ਨਹੀਂ ਚਾਹੁੰਦੇ ਤਾਂ ਤੁਸੀਂ ਆਪਦੇ ਰਿਸਕ ਤੇ ਵਰਤ ਸਕਦੇ ਹੋ ਜੇ ਇਹਨਾਂ ਤਿੰਨਾਂ ਤਰੀਕਾਂ ਨਾਲ ਫਿਰ ਵੀ ਨਦੀਨ ਨਹੀਂ ਕੰਟਰੋਲ ਹੋਏ ਤਾਂ ਜਦੋਂ ਤੁਹਾਡੀ ਪਨੀਰੀ 15 ਤੋਂ 20 ਦਿਨਾਂ ਦੀ ਹੁੰਦੀ ਆ ਤੁਸੀਂ ਨੋਮਣੀ ਗੋਲਡ ਜਾਂ ਮਾਚੋ ਦੀ 10 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਬਾਕੀ ਮੈਂ ਤਾਂ ਇਹੀ ਕਹੂੰਗਾ ਕਿ ਉਹ ਨਾ ਵਰਤੀ ਜਾਵੇ ਤਾਂ ਚੰਗੀ ਗੱਲ ਕਿਉਂਕਿ ਉਸ ਨਾਲ ਆਪਣੀ ਪਨੀਰੀ ਦੀ ਕਾਫੀ ਗਰੋਥ ਤੇ ਅਸਰ ਪੈਂਦਾ ਪਹਿਲੀਆਂ ਦਵਾਈਆਂ ਵਰਤ ਲਓਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਤੇ ਇਸ ਤੋਂ ਅਗਲੀ ਵੀਡੀਓ ਆਪਣੀ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਆ ਰਹੀ ਹੈ ਵੀ ਮੂੰਗੀ ਨੂੰ ਪਹਿਲਾ ਪਾਣੀ ਕਦੋਂ ਲਾਉਣਾ ਚਾਹੀਦਾ ਤੇ ਖਾਦਾਂ ਦਾ ਮੈਨੇਜਮੈਂਟ ਕਿਵੇਂ ਕਰਨਾ ਚਾਹੀਦਾ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਹ ਵੀਡੀਓ ਵਿੱਚ ਜੇ ਤੁਹਾਨੂੰ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ